ਤੈਨੂੰ ਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਕਦੋਂ ਹੁੰਦਾ? ਪਤਾ ਨਹੀਂ। ਤੈਨੂੰ ਪਤਾ ਸੰਪੂਰਨਤਾ ਦਿਵਸ ਕਦੋਂ ਮਨਾਇਆ ਜਾਂਦਾ? ਚਲੋ ਸਭ ਤੋਂ ਪੁੱਛਦੇ ਹਾਂ। ਗੁੱਡ ਆਫਟਰਨੂਨ। ਗੁੱਡ ਆਫਟਰਨੂਨ ਬੇਟੇ, ਦੱਸੋ ਸਰ ਜੀ ਤੁਹਾਨੂੰ ਇੱਕ ਗੱਲ ਪੁੱਛਣੀ ਸੀ। ਦੱਸੋ ਕੀ ਪੁੱਛਣਾ ਆ ਸਰ ਜੀ? ਹਾਂ, ਤੁਹਾਨੂੰ ਪਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਕਦੋਂ ਹੁੰਦਾ? ਹਾਂ ਰਾਜੇ, ਮੈਨੂੰ ਪਤਾ ਆ, ਦੱਸੋ ਸਰ ਜੀ ਸਾਨੂੰ ਦੱਸੋ ਪਹਿਲਾ ਪ੍ਰਕਾਸ਼ ਦਿਹਾੜਾ ਕਦੋਂ ਹੁੰਦਾ ਤੇ ਕੀ ਹੋਇਆ ਸੀ ਉਦੋਂ? ਦੇਖੋ ਰਾਜੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਗੁਰੂ ਸਾਹਿਬ ਨੇ ਹਨਾ, ਤੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇੱਕ ਗੁਰਦੁਆਰਾ ਸਾਹਿਬ ਦਾ ਨਾਮ ਹੈਗਾ ਰਾਮਸਰ ਸਾਹਿਬ, ਇਹ ਰਾਮਸਰ ਗੁਰਦੁਆਰਾ ਸਾਹਿਬ ਜਿਵੇਂ ਅੱਜ ਕੱਲ੍ਹ ਬਹੁਤ ਵੀਡੀਓਜ਼ ਆਉਂਦੀਆਂ ਨੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੀਆਂ, ਜਿੱਥੇ ਚੁਪਹਿਰਾ ਸਾਹਿਬ ਹੁੰਦਾ ਸ੍ਰੀ ਦਰਬਾਰ ਸਾਹਿਬ ਦੇ ਕੋਲ, ਉੱਥੇ ਗੁਰਦੁਆਰਾ ਰਾਮਸਰ ਸਾਹਿਬ ਆ, ਉੱਥੇ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਕੱਠੀ ਕੀਤੀ ਅਤੇ ਦਰਜ ਕੀਤੀ। ਠੀਕ ਆ, ਪਹਿਲੇ ਗੁਰੂ ਸਾਹਿਬ ਦੀ ਬਾਣੀ, ਦੂਜੇ ਗੁਰੂ ਸਾਹਿਬ ਦੀ ਬਾਣੀ, ਤੀਜੇ ਮਹਾਰਾਜ ਦੀ, ਚੌਥੇ ਗੁਰੂ ਸਾਹਿਬ ਦੀ ਬਾਣੀ ਦਰਜ ਕੀਤੀ ਅਤੇ ਭਾਈ ਗੁਰਦਾਸ ਜੀ ਤੋਂ ਬਾਣੀ ਲਿਖਵਾਈ। ਜਿਵੇਂ ਆਪਾਂ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਹਾਂ ਨਾ, ਉੱਥੇ ਗੁਰੂ ਅਰਜਨ ਦੇਵ ਜੀ ਨੇ ਬਾਣੀ ਲਿਖਵਾਈ ਅਤੇ ਭਗਤਾਂ ਦੀ ਬਾਣੀ, ਠੀਕ ਆ, ਇਹ ਸਾਰੀ ਬਾਣੀ ਲਿਖਵਾ ਕੇ ਗੁਰੂ ਸਾਹਿਬ ਨੇ ਫਿਰ ਸ੍ਰੀ ਦਰਬਾਰ ਸਾਹਿਬ ਜਿਹੜਾ ਗੁਰੂ ਰਾਮਦਾਸ ਜੀ ਨੇ ਬਣਵਾਇਆ, ਸ਼ੁਰੂ ਕਰਵਾਇਆ ਸੀਗਾ, ਉੱਥੇ ਪ੍ਰਕਾਸ਼ ਕਰਵਾਇਆ। ਠੀਕ ਆ, ਗੁਰੂ ਗ੍ਰੰਥ ਸਾਹਿਬ ਜੀ ਦਾ ਉਸ ਦਿਨ ਨੂੰ ਕਹਿੰਦੇ ਨੇ ਪਹਿਲਾ ਪ੍ਰਕਾਸ਼ ਦਿਹਾੜਾ, ਜਦੋਂ ਮਹਾਰਾਜ ਨੇ ਮਤਲਬ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਰਾ ਲਿਖਵਾ ਲਿਆ। ਉਹ ਤੋਂ ਬਾਅਦ ਬਾਬਾ ਬੁੱਢਾ ਜੀ ਜਿਹੜੇ ਬਹੁਤ ਬ੍ਰਹਮ ਗਿਆਨੀ ਹੋਏ ਨੇ, ਉੱਚ ਕੋਟੀ ਦੇ ਮਹਾਂਪੁਰਖ, ਉਹ ਨਾਲ ਸਾਰੀਆਂ ਸੰਗਤਾਂ ਨਾਲ, ਭਾਈ ਗੁਰਦਾਸ ਜੀ ਨਾਲ, ਫਿਰ ਮਹਾਰਾਜ ਚੌਰ ਸਾਹਿਬ ਕਰਦੇ ਗੁਰੂ ਅਰਜਨ ਦੇਵ ਜੀ, ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਬਾਰ ਸਾਹਿਬ ਲੈ ਕੇ ਆਏ ਸੀਗੇ। ਫਿਰ ਜਦੋਂ ਉਹ ਜਿਹੜਾ ਦਿਨ ਹੈਗਾ ਉਹ ਕੱਲ੍ਹ ਨੂੰ ਆ ਰਿਹਾ ਆ, 16 ਸਤੰਬਰ 2023 ਵਾਲੇ ਦਿਨ, ਅਤੇ ਮਹਾਰਾਜ ਨੇ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਕਾਸ਼ ਕਰਵਾਇਆ ਬਾਬਾ ਬੁੱਢਾ ਜੀ ਤੋਂ। ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ, ਫਿਰ ਪਹਿਲਾ ਹੁਕਮਨਾਮਾ ਸਾਹਿਬ ਆਇਆ ਸੀਗਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ ਰਾਜੇ। ਠੀਕ ਆ, ਇਹਦੋਂ ਬਾਅਦ ਇਹ ਹੈਗਾ ਪਹਿਲਾ ਪ੍ਰਕਾਸ਼ ਦਿਹਾੜਾ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਗਏ ਨੇ, ਫਿਰ ਉੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਦੁਬਾਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾਇਆ, ਕਿਉਂਕਿ ਪਹਿਲਾ ਸਰੂਪ ਇਹ ਇੱਕ ਹੋਏ ਨੇ ਕਈ ਬੰਦੇ, ਉਹਨਾਂ ਨੇ ਦਿੱਤਾ ਨਹੀਂ, ਰੱਖ ਲਿਆ ਆਪਣੇ ਕੋਲੇ। ਠੀਕ ਆ, ਉਹਨਾਂ ਨੂੰ ਕਹਿੰਦੇ ਨੇ ਧੀਰ ਮੱਲੀਏ, ਅਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਦੁਬਾਰਾ ਸਰੂਪ ਲਿਖਵਾਇਆ, ਉਹ ਸਰੂਪ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਕਰਵਾਈ, 9ਵੇਂ ਮਹਾਰਾਜ ਦੇ ਸਲੋਕ ਦਰਜ ਕਰਵਾਏ। ਠੀਕ ਆ, ਉਹ ਦਿਨ ਨੂੰ ਕਹਿੰਦੇ ਨੇ ਦਮਦਮਾ ਸਾਹਿਬ ਵਾਲੇ ਨੂੰ ਸੰਪੂਰਨਤਾ ਦਿਵਸ। ਠੀਕ ਆ, ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਗਏ ਨੇ ਸ਼੍ਰੀ ਹਜ਼ੂਰ ਸਾਹਿਬ ਨੰਦੇੜ, ਉੱਥੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਜੋਤੀ ਜੋਤ ਸਮਾਉਣ ਲੱਗੇ, ਫਿਰ ਉਦੋਂ ਮਹਾਰਾਜ ਨੇ ਗੁਰਤਾ ਗੱਦੀ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ। ਜਦੋਂ ਮਹਾਰਾਜ ਨੇ ਕਿਹਾ ਆ ਗਿਆ ਭਾਈ ਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਤੋਂ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਠੀਕ ਆ, ਉਹ ਦਿਨ ਨੂੰ ਕਹਿੰਦੇ ਨੇ ਗੁਰਤਾ ਗੱਦੀ ਦਿਵਸ। ਠੀਕ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਤਿੰਨ ਦਿਹਾੜੇ ਆਉਂਦੇ ਨੇ, ਪਹਿਲਾ ਪ੍ਰਕਾਸ਼ ਦਿਹਾੜਾ, ਸੰਪੂਰਨਤਾ ਦਿਵਸ ਅਤੇ ਗੁਰਤਾ ਗੱਦੀ ਦਿਵਸ। ਠੀਕ ਆ, ਮਤਲਬ ਗੁਰੂ ਗ੍ਰੰਥ ਸਾਹਿਬ ਜਾਂ ਜੋਤੀ ਜੋਤ ਦਿਵਸ ਕਦੇ ਆ ਹੀ ਨਹੀਂ ਸਕਦਾ, ਕਿਉਂਕਿ ਇਹ ਯੁਗੋ ਯੁਗ ਅਟੱਲ ਨੇ। ਠੀਕ ਹੈ ਜੀ, ਹੁਣ ਲੱਗ ਗਿਆ ਪਤਾ ਤੁਹਾਨੂੰ? ਠੀਕ ਆ, ਓਕੇ ਜੀ।